ਕੀਤਾ ਤਾਂ ਮੈਂ ਇਹ ਸਮਾਜ ਸੇਵਾ ਦੀ ਕੰਮ ਕਰਦਾ ਮੈਂ 1.5 ਲੱਖ ਦੇ ਗੇਟ ਦਰਾਫਤ ਲਵਾਏ ਇੱਥੇ ਲਵਾ ਕੇ ਹੋਰ ਡਿਵਾਡੀ ਫ੍ਰੀਜਰ ਵਗੈਰਾ ਲਾ ਕੇ ਦਿੱਤਾ ਪਰ ਸਾਡੇ ਆਹ ਕੰਮ ਸਾਰੇ ਨਾਲ ਗਲਤ ਹੋ ਰਿਹਾ ਗੁਰਦੁਆਰੇ ਦੇ ਪ੍ਰਬੰਧਨ ਦੀ ਗਲਤ ਕੀਤਾ ਆ ਤਾਵਰ ਗਲਤ ਲੱਗ ਰਿਹਾ ਤਾਵਰ ਚਾਹੀਏ ਪਹਿਲਾਂ ਤਾਵਰ ਲੱਗਦੇ ਉਦੋਂ ਕਿਹੜਾ ਰੌਲਾ ਪਿਆ ਹੁਣ ਕਿਉਂ ਇੱਥੇ ਲੱਗਦਾ ਹੀ ਸੀ ਉਹਨਾਂ ਕਿੰਨਾ ਮਟੀਰੀਅਲ ਗਿਆ ਤਾਵਰ ਵਾਲਿਆਂ ਦਾ ਉਹਦੇ ਬਾਰੇ ਤਾਂ ਕੋਈ ਨਹੀਂ ਹੁਣ ਇਹ ਆ ਤਾਵਰ ਗਲਤ ਲੱਗ ਰਿਹਾ ਨਹੀਂ ਲੱਗਣਾ ਚਾਹੀਦਾ ਤੱਕੇ ਨਾ ਹੋ ਰਿਹਾ ਜੀ ਇਹ ਪੰਚਾਇਤ ਤੱਕੇ ਨਾ ਕਰਦੀ ਪੰਚਾਇਤ ਨੇ ਤੱਕੇ ਨਾ ਕਿ ਗਰਾਊਂਡ ਬਾਤ ਤੇ ਡਰਾਫਟ ਬਾਤ ਤੇ 300 400 ਡਰਾਫਟ ਪਟਾਤਾ ਇਹ ਟਾਵਰ ਵੀ ਤੱਕੇ ਨਾ ਲਵਾ ਰਹੇ ਤੱਕੇ ਨਾ ਇਹ ਟਾਵਰ ਤੁਰੰਤ ਟਾਵਰ ਲਾਇਆ ਜੀ ਕੀ ਮੰਗ ਕਰਦੇ ਅਸੀਂ ਮੰਗ ਕਰਦਿਆਂ ਵੀ ਟਾਵਰ ਨਹੀਂ ਚਾਹੀਦਾ ਪਿੰਡ ਦੇ ਵਿੱਚ ਨਹੀਂ ਚਾਹੀਦਾ ਪਿੰਡ ਦੇ ਵਿੱਚ ਟਾਵਰ ਨਹੀਂ ਚਾਹੀਦਾ ਇਹ ਟਾਵਰ ਜੀ ਇਹਨਾਂ ਨੇ ਆਪਣੇ ਇੱਕ ਦਿਨ ਚ ਹੀ ਲਾਦਾ ਦੋ ਤਿੰਨ ਘੰਟਿਆਂ ਜੀ ਕਿਸੇ ਨੂੰ ਦੱਸਿਆ ਨਹੀਂ ਆਸ-ਪਾਸ ਇਹਨੂੰ ਕਹੀ ਗਏ ਆਪਣਾ ਵੀ ਸੋਲਰ ਸਿਸਟਮ ਲਾ ਰਹੇ ਆ ਅਸੀਂ ਚੱਕੀ ਲਾ ਰਹੇ ਆ ਇੱਥੇ ਗਮਨਾ ਕੀਤਾ ਲੋਕਾਂ ਨੂੰ ਇਹਨਾਂ ਨੇ ਪਹਿਲਾਂ ਦੱਸਿਆ ਹੀ ਨਿਕਾ ਤੇ ਇੱਕਦਮ ਲਾਤਾ ਪੰਚਾਇਤ ਕਰਾ ਰਹੀ ਹੈ ਜੀ ਇਹ ਤੇ ਕਾ ਕੌਣ-ਕੌਣ ਕਰ ਰਿਹਾ ਇਹ ਸਰਤਾ ਸਿੰਘ ਆ ਗੁਰਦਰ ਦਾ ਪ੍ਰਧਾਨ ਤੇ ਪੰਚਾਇਤ ਇਹ ਹੀ ਪੰਚਾਇਤ ਅੱਗੇ ਟਾਵਰ ਲੱਗ ਰਿਹਾ ਸੀ ਖੇਤ ਚ ਜੀਵਨ ਸਿੰਘ ਦੇ ਇਹਨਾਂ ਨੇ ਰੋਕਿਆ ਵੀ ਪਿੰਡ ਦੇ ਵਿੱਚ ਬਹੁਤ ਕਰਨਾ ਇਹਦੀਆਂ ਹਾਨੀਕਾਰਕ ਨੇ ਤੇ ਲੋਕਾਂ ਨੂੰ ਪਰਭਾਗਤਾ ਹੁਣ ਆਪ ਲਉਣ ਲੱਗੇ ਹਾਂ ਜੀ ਇਹ ਹੀ ਰੋਕੇ ਪੰਚਾਇਤ ਇਹ ਹੀ ਹੁਣ ਲਵਾ ਰਹੀ ਆ ਇਹਦੇ ਨਾਲ ਮਿਲ ਕੇ ਇੱਕ ਸਰਤਾ ਸਿੰਘ ਚਾਰ ਕਹਾਰ ਦੀ ਖਾਤਰ ਸਾਰੇ ਪਿੰਡ ਨੂੰ ਖਰਾਉ ਕਰ ਰਿਹਾ ਜੀ ਵਕਤ ਪਾ ਰਿਹਾ ਖਤਰੇ ਚ ਪਾ ਰਿਹਾ ਖਤਰੇ ਚ ਪਾ ਰਿਹਾ ਨੁਕਸਾਨ ਇਹਦਾ ਬਹੁਤ ਜਿਆਦਾ ਹੋਊਗਾ ਗਾਂ ਅਸੀਂ ਇਹ ਪਟਾਉਣਾ ਚਾਹੁੰਦੇ ਆ ਇਹ ਪਟਿਆ ਜਾਵੇ ਜੇ ਨਹੀਂ ਪਟਿਆ ਜਾਊਗਾ ਅਸੀਂ ਫਿਰ ਤਾਂ ਜਾਵਾਂਗੇ ਜੀ ਸੋਡੀ ਗੱਲ ਇਹ ਨਹੀਂ ਮੰਨਦਾ ਫਿਰ ਤੁਸੀਂ ਅੱਗੇ ਕੀ ਸਟੈਪ ਚੱਕੋਗੇ ਅੱਗੇ ਕੀ ਚੱਕਾਂਗੇ ਗਾਂ ਜਾਵਾਂਗੇ ਬੜੀ ਗੱਲ ਤਾਂ ਜੀ ਪ੍ਰਸ਼ਾਸਨ ਦਾ ਸਾਥ ਲਵਾਂਗੇ ਲਵਾਂਗੇ ਜੇ ਮੰਨਦੇ ਠੀਕ ਆ ਨਹੀਂ ਫਿਰ ਅ ਕਾਰਵਾਈ ਕਰਾਂਗੇ ਜੀ ਕਾਨੂੰਨੀ ਕਾਰਵਾਈ ਵੀ ਕਰਾਂਗੇ ਉਹਨਾਂ ਤੇ ਇਹ ਜਿਹੜਾ ਟਾਵਰ ਆ ਅੱਜ ਤੋਂ 3 ਸਾਲ ਪਹਿਲਾਂ ਪੰਚਾਇਤ ਨੇ ਪਿੰਡੋਂ ਕਿਲੋਮੀਟਰ ਬਾਹਰ ਦਾ ਲੱਗਣ ਨਹੀਂ ਦਿੱਤਾ ਤੇ ਘਰਾਂ ਦੇ ਵਿੱਚ ਸਾਡੇ ਘਰ ਦੇ ਵਿੱਚ ਲਾ ਰਹੇ ਆ ਅਸੀਂ ਨਹੀਂ ਲੱਗਣਨਾ ਨਹੀਂ ਲੱਗਣਨਾ ਡਰਾਈਵਰ ਨਹੀਂ ਲੱਗੂ ਇਹ ਇਹ ਪੰਚਾਇਤ ਧਕੇ ਨਾਲ ਲਵਾ ਰਹੀ ਆ ਪੰਚਾਇਤ ਨੂੰ ਇਹ ਲੋਸਮੈਂਟ ਕੀਤੀ ਗੁਰਦੁਆਰੇ ਤਨਵਰੀ ਵੀ ਪੰਚਾਇਤ ਸਨੇ ਪੰਚਾਇਤ ਸਨੇ ਗੁਰਦੁਆਰੇ ਕਮੇਟੀ ਪਿੰਡ ਵਾਲੇ ਸਾਰੇ ਗੁਰਦੁਆਰਾ ਸਭ ਇਕੱਠੇ ਹੋਵੋ ਵੀ ਡਰਾਈਵਰ ਨਹੀਂ ਲੱਗਣਾ ਚਾਹੀਦਾ ਇਹ ਸਾਨੂੰ ਨੁਖਾ ਨਹੀਂ ਸਾਰੇ ਪਿੰਡ ਨੂੰ ਨੁਖਾਣਾ ਦਾ ਜਦੋਂ ਪਿੰਡੋਂ ਬਾਹਰ ਤਾਂ ਲੱਗਣ ਹੀ ਲੰਦੇ ਤੇ ਘਰ ਦੇ ਵਿੱਚ ਡਰਾਈਵਰ ਕਿਵੇਂ ਲੱਗੂਗਾ ਅਸੀਂ ਇਹ ਡਰਾਈਵਰ ਨਹੀਂ ਲੱਗਣ ਦੇਵਾਂਗੇ ਡਰਾਈਵਰ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੇ ਲਵਾਇਆ ਉਹਨਾਂ ਨੂੰ ਬਰੀਕੀ ਨਾਲ ਸੋਚਣਾ ਚਾਹੀਦਾ ਸੀਗਾ ਕਿ ਸਿਰਫ ਪੈਸਾ ਦੇਖਿਆ ਉਹਨਾਂ ਨੇ ਜਾਂ ਉਹਨਾਂ ਨੇ ਆਪਣਾ ਪ੍ਰੋਫਿਟ ਦੇਖਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਰਤਾਜ ਸਿੰਘ ਆ ਜੀ ਤੇ ਮਜੋਦਾ ਪੰਚਾਇਤ ਜੋ ਹੁੰਦੀ ਆ ਹਾਂਜੀ ਵੀ ਪਹਿਲਾ ਗੱਲ ਤਾਂ ਉਹਨਾਂ ਨੂੰ ਇਹ ਸੋਚਣੀ ਚਾਹੀਦੀ ਸੀ ਕਿ ਟਾਵਰ ਦਾ ਜੋ ਵੀ ਇਹਨਾਂ ਦੀ ਜੋ ਇਹਦੀ ਰੈਡੀਏਸ਼ਨ ਆ ਰਹੀ ਆ ਉਹ ਮਤਲਬ ਬੱਚਿਆਂ ਨੂੰ ਵੀ ਇਫੈਕਟ ਕਰਦੀ ਆ ਬੱਚਿਆਂ ਲਈ ਵੀ ਮਾੜੀ ਆ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਆ ਉਹਨਾਂ ਨੂੰ ਵੀ ਇਫੈਕਟ ਕਰੂਗੀ ਪਸ਼ੂਆਂ ਨੂੰ ਵੀ ਇਸ ਦਾ ਪ੍ਰਭਾਵ ਆ ਜਾਨਵਰ ਵੀ ਇਹਦੇ ਨਾਲ ਮਰ ਰਹੇ ਆ ਜਿੰਨਾ ਜਿੰਨਾ ਪਿੰਡਾਂ ਚ ਵੀ ਲੱਗਿਆ ਸਭ ਨੇ ਵਿਰੋਧ ਕੀਤਾ ਠੀਕ ਆ ਪੰਚਾਇਤ ਆ ਜਾਂ ਉਹਨਾਂ ਪ੍ਰਸ਼ਾਸਨ ਆ ਜਾਂ ਮਤਲਬ ਜੋ ਵੀ ਆ ਮਤਲਬ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਸੀਗਾ ਜੋ ਮੌਜੂਦਾ ਪੰਚਾਇਤ ਆ ਮਤਲਬ ਉਹ ਜਾਂ ਲਾਲੋ ਵੀ ਸਰਕਾਰ ਦੀ ਸਹਿਮਤੀ ਨਾਲ ਜਾ ਕਾਂਗਰਸ ਦੀ ਸੈਂਟੀ ਨਾਲ ਇਹ ਸਾਨੂੰ ਨਹੀਂ ਪਤਾ ਹੈਗਾ ਲੇਕਿਨ ਅਸੀਂ ਇਸ ਦਾ ਮਤਲਬ ਪ੍ਰੋਜੋਰ ਵਿਰੋਧ ਕਰਦੇ ਹਾਂ ਟਾਵਰ ਦਾ ਔਰ ਅਸੀਂ ਮਤਲਬ ਆਪਣੀ ਜੇ ਸਾਡਾ ਪ੍ਰਸ਼ਾਸਨ ਸਾਥ ਦਿੰਦਾ ਤਾਂ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਆ ਇਨ ਕੇਸ ਅਸੀਂ ਮਤਲਬ ਪ੍ਰਸ਼ਾਸਨ ਸਾਡੀ ਨਹੀਂ ਸੁਣਦਾ ਲੋਕਲ ਲੈਵਲ ਤੇ ਤਾਂ ਅਸੀਂ ਹਾਈ ਲੈਵਲ ਤੇ ਜਾਵਾਂਗੇ ਸਾਡੇ ਮੇਰੇ ਸਾਰੇ ਭੈਣ ਭਰਾ ਮੇਰੀਆਂ ਪਰਜਾਈਆਂ ਸਾਰੇ ਸਾਰੇ ਸਾਡੇ ਨਾਲ ਨੇ ਅਸੀਂ ਇਕੱਠੇ ਹੋ ਕੇ ਇਸ ਚੀਜ਼ ਦਾ ਪ੍ਰੋਜੋਰ ਵਿਰੋਧ ਕਰਾਂਗੇ ਔਰ ਟਾਵਰ ਨੂੰ ਨਹੀਂ ਲੱਗਣ ਦੇਵਾਂਗੇ ਅਸੀਂ ਸਾਰਾ ਪਿੰਡ ਬਰਖਲਾ ਪਾਈ ਇਹਦੇ ਹੈ ਕਿ ਨਹੀਂ ਇਹ ਇਹ ਆਉਣਾ ਨਾ ਜਿਹੜਾ ਮਤਲਬ ਪਸ਼ੂਆਂ ਤੇ ਪ੍ਰਭਾਵ ਵੀ ਪੈਂਦਾ ਤੇ ਸਾਡੀਆਂ ਪੈਣਾ ਲੈਡੀ ਪੈਣਾ ਵਾ ਉਹ ਵੀ ਬੱਚਿਆਂ ਤੇ ਵੀ ਉਹ ਵੀ ਅਸਰ ਪੈਂਦਾ ਵਾ ਇਹ ਸਾਰੇ ਪਿੰਡ ਦਾ ਇੱਕਾ ਵਾਈ ਟਾਵਰ ਨਹੀਂ ਲੱਗੂਗਾ ਜੀ ਤੇ ਲਵਾਉਣ ਵੀ ਆਪਦੇ ਘਰੇ ਲੱਗਿਆ ਹੈ ਹਾਂਜੀ ਹਾਂਜੀ ਘਰੇ ਲਵਾਉਣ ਲੱਗਿਆ ਜੀ ਜਗ੍ਹਾ ਲੈ ਕੇ ਬਰਾਂ ਦੀ ਮੂਰੀ ਹੈ ਜਗ੍ਹਾ ਦੀ ਲੋਕਾਂ ਤੋਂ ਚੋਰੀ ਗੱਲੇ ਰਾਤੋ ਰਾਤ ਲਵਾਇਆ ਇਹਦੇ ਪੈ ਸਾਰੇ ਪਿੰਡ ਦਾ ਸਹਿਯੋਗ ਹੈ ਸਾਡੇ ਨਾਲ ਸਾਰਾ ਪਿੰਡ ਸਹਿਮਤਾ ਨਾਲ ਦੇ ਲੱਗਣ ਨਹੀਂ ਦਮੋਗੇ ਨਹੀਂ ਲੱਗਣ ਨਹੀਂ ਦੇਣਾ ਜਿੱਥੇ ਦੀ ਮਰਜ਼ੀ ਜਾਣਾ ਪੈਜੀ ਸਾਨੂੰ ਹਾਂਜੀ ਟਾਵਰ ਬਾਰੇ ਅਸੀਂ ਵਿਰੋਧ ਕਰਦੇ ਆਂ ਇਹਨਾਂ ਨੇ ਭੋਰਾ ਵੀ ਚੰਗਾ ਨਹੀਂ ਕੀਤਾ ਭਣਕ ਨਹੀਂ ਪੈਣ ਤੇ ਦਿੱਤੀ ਅਸੀਂ ਇਹਨਾਂ ਨੂੰ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ ਗੁਰਦੁਆਰਾ ਸਾਹਿਬ ਵੀ ਜੋ ਵੀ ਕੋਈ ਕੰਮ ਕਰਨਾ ਹੁੰਦਾ ਨਾ ਸਾਰਿਆਂ ਨੂੰ ਦੱਸ ਕੇ ਕਰਿਆ ਕਰੋ ਕਿਉਂਕਿ ਇਹ ਜੋ ਵੀ ਸਾਡੇ ਪਿੰਡ ਦਾ ਕੋਈ ਵੀ ਕੰਮ ਚੋਰੀ ਚੋਰੀ ਹੋ ਜਾਂਦਾ ਠੀਕ ਹੈ ੱੱਕੇਸ਼ਾਈ ਅਸੀਂ ਚੱਲਣ ਨਹੀਂ ਦੇਣੀ ਬੱਚਿਆਂ ਤੇ ਬਹੁਤ ਮਾੜਾ ਅਸਰ ਪਊਗਾ ਇਸ ਚੀਜ਼ ਦਾ ਅਸੀਂ ਇਹ ਸਹਿਣ ਨਹੀਂ ਕਰਨਾ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ ਜੇ ਨਾ ਇਹਨਾਂ ਨੇ ਕੋਈ ਸਾਡੀ ਸੁਣਵਾਈ ਕੀਤੀ ਤਾਂ ਜਿੱਥੇ ਤ ਇਹ ਤਾਂ ਕੰਮ ਨਹੀਂ ਚੱਲਣ ਦਵਾਂਗੇ ਟਾਵਰ ਲਾਉਣ ਤੇ ਸਾਰਾ ਪਿੰਡ ਸਾਰਾ ਪਿੰਡ ਦਾ ਸਹਿਯੋਗ ਆ ਤੁਸੀਂ ਦੇਖ ਲਓ ਹੁਣ ਤੁਸੀਂ ਕੈਮਰਾ ਘਮਾਓ ਤੁਸਾਨੂੰ ਆਪ ਹੀ ਪਤਾ ਲੱਗ ਜਾਣਾ ਵੀ ਦੁਨੀਆ ਬਹੁਤ ਜਿਆਦਾ ਆ ਹਾਂ ਸਾਰੇ ਪਿੰਡ ਦਾ ਸਹਿਯੋਗ ਆ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਜਾਨੀ ਕਿ ਸਾਰੇ ਪਿੰਡ ਦੁਖੀ ਆ ਹਾਂ ਸਾਰਾ ਪਿੰਡ ਦੁਖੀ ਆ ਬੱਚਿਆਂ ਤੇ ਵੀ ਅਸਰ ਪੈਣਾ ਸਭ ਤੇ ਪੈਣਾ ਇਹ ਸਭ ਨੂੰ ਪਤਾ ਇਹ ਚੀਜ਼ ਆ ਜਦੋਂ ਖੇਤਾਂ 'ਚ ਨਹੀਂ ਲੱਗਣ ਦਿੱਤਾ ਅਸੀਂ ਆਪਦੇ ਸਿਰ ਤੇ ਕਿਵੇਂ ਲਵਾਲ ਗਏ ਪਹਿਲੀ ਗੱਲ ਤੇ ਇਹ ਹੈ ਜੀ ਇਹ ਟਾਵਰ ਨਹੀਂ ਗਾ ਇਹ ਹੈਗਾ ਵਾਈਫਾਈ ਐਂਟੀਨਾ ਵਾਈਫਾਈ ਬੂਸਟਰ ਆ ਜੋ ਗਵਰਨਮੈਂਟ ਵੱਲੋਂ ਮਨਜ਼ੂਰ ਆ ਹੁਣ ਹਰ ਪਿੰ ਆਪਦੇ ਮੈਂ ਹੀ ਇੰਟਰਨੈਟ ਕੈਫੇ ਖੋਲਣ ਲਈ ਆਪਦੇ ਲਈ ਮੈਂ ਲਵਾਇਆ ਵਾ ਨਾ ਕਿ ਕਿਸੇ ਲਈ ਮਤਲਬ ਕਿਸੇ ਤਖਲੀਫ ਲਈ ਬਾਕੀ ਰਹੀ ਗੱਲ ਇਹ ਬਿਨਾ ਮਤਲਬ ਕੋਈ ਬਹੁ ਬੈਰਵਿਰੋਧ ਮਤਲਬ ਮੇਰੋ ਨਿੱਜੀ ਤੌਰ ਤੇ ਰੱਖਦੇ ਨੇ ਚਲੋ ਕਾਰ ਕਰੀ ਜਾਣ ਦੇ ਮੈਨੂੰ ਇਹਦਾ ਕੋਈ ਤਰਾਜ ਵੀ ਨਹੀਂਗਾ ਠੀਕ ਹੈ ਤੇ ਇਹ ਕੋਈ ਟਾਵਰ ਨਹੀਂ ਇਹ ਵਾਈਫਾਈ ਕਨੈਕਸ਼ਨ ਆ ਵਾਈਫਾਈ ਐਂਟੀਨਾ ਵਾ ਵਾਈਫਾਈ ਬੂਸਟਰ ਇਹਨੂੰ ਕਹਿੰਦੇ ਆ ਤੇ ਜਿਹੜਾ ਕਿ ਮੈਂ ਮਤਲਬ ਆਪਦੇ ਇੰਟਰਨੈਟ ਕੈਫੇ ਲਈ ਲਵਾਇਆ ਇਹ ਫਿਰ ਮਨਜ਼ੂਰੀ ਲੈ ਕੇ ਲਾਏ ਤੁਸੀਂ ਮਨਜ਼ੂਰੀ ਲਈ ਹੋ ਜੀ ਮਨਜ਼ੂਰੀ ਮੈਂ ਜੋ ਮਨ ਲੋ ਵੀ ਇਹ ਜਿਹੜੇ ਆ ਆ ਕੇ ਰੌਲਾ ਪਾਉਂਦੇ ਆ ਠੀਕ ਨਾ ਜਾ ਕੇ ਪੰਚਾਇਤ ਨੂੰ ਜਾਂ ਕਿਸੇ ਮਤਲਬ ਸਰਕਾਰੀ ਅਧਿਕਾਰੀ ਨੂੰ ਜਾਣ ਉੱਥੇ ਮੈਂ ਜ ਮਨਜ਼ੂਰੀ ਦਿਖਾ ਦੂੰਗਾ ਇਹਨਾਂ ਨੂੰ ਦੱਸੂੰਗਾ ਕਿ ਇੱਕ ਸਾਲ ਤੋਂ ਪ੍ਰੋਸੈਸ ਚੱਲ ਰਿਹਾ ਇਹਨਾਂ ਨੂੰ ਅੱਜ ਹੀ ਪਤਾ ਲੱਗਿਆ ਕੱਲ ਦਿਨੇ ਇਹ ਮਤਲਬ ਸਾਰਾ ਪ੍ਰੋਸੈਸ ਕਰਕੇ ਕੰਪਲੀਟ ਉਹ ਸ਼ਾਮ ਨੂੰ 5 ਵਜੇ ਉਹ ਚਲੇ ਗਏ ਆ 7 ਵਜੇ ਆ ਕੇ ਇਹ ਕੁਝ ਮਤਲਬ ਚੱਕੇ ਚਕਾਏ ਜੋ ਕਿ ਖਾ ਮਖਾ ਮਤਲਬ ਲੜਾਈ ਝਗੜੇ ਨੂੰ ਮਤਲਬ ਥਾਂ ਕਰਨ ਲਈ ਇੱਕਠੇ ਹੋਏ ਸੀਗੇ ਕੱਲ ਸ਼ਾਮ ਨੂੰ ਅੱਜ ਸਵੇਰੇ ਵੀ ਮੈਂ ਮਤਲਬ ਬਾਹਰ ਸੀਗਾ ਤੇ ਆ ਕੇ ਇੱਥੇ ਗਲਤਫਲਤ ਬੋਲੇ ਜਿੰਦਾਬਾਦ ਮਰਦਾਬਾ ਠੀਕ ਆ ਠੀਕ ਆ ਲੋਕਤੰਤਰ ਵਿਰੋਧ ਕਰਨ ਦਾ ਅਧਿਕਾਰ ਸਾਰਿਆਂ ਨੂੰ ਆ ਪਰੰਤੂ ਜੇ ਕੋਈ ਇੱਥੇ ਕੋਈ ਗੁਰ ਘਟਨਾ ਹੋ ਜਾਂਦੀ ਜੇ ਉਹ ਵੀ ਜਿੰਨੇ ਵੀ ਮੂਰੇ ਲੱਗੇ ਹੋਏ ਆਗੂਕਾਰ ਜਾਂ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਇਹ ਮਤਲਬ ਭੁਗਤਣਾ ਪਊਗਾ ਔਰ ਆਉਣ ਵਾਲੇ ਸਮੇਂ 'ਚ ਮੈਂ ਇਹਨਾਂ ਨੂੰ ਮਤਲਬ ਜ਼ਰੂਰ ਸਨਮਨ ਵੀ ਕਢਾਉਂਗਾ ਕਿਉਂਕਿ ਬਿਨਾਂ ਮਤਲਬ ਉਹ ਇਹਨਾਂ ਕੋਲ ਕੀ ਸੌਲਟੀ ਆ ਕੀ ਪਾਵਰ ਇਹਨਾਂ ਕੋਲੇ ਇਹ ਇਨਾ ਕੋਈ ਪੰਚਾਇਤ ਕੋਈ ਮੈਂਬਰ ਪੰਚਾਇਤ ਠੀਕ ਹੈ ਨਾ ਸਾਬਕਾ ਸਾਬਕਾ ਤਾਂ ਸਾਰੀ ਪਿੰਡੀ ਹੁੰਦਾ ਸਾਬਕਾ ਸਾਰਾ ਪਿੰਡੀ ਸਾਬਕਾ ਤਾਂ ਕੋਈ ਮੌਜੂਦਾ ਮੌਜੂਦਾ ਕੋਈ ਹੈ ਇਨਾਂ ਕੋਲੇ ਜਿਨ੍ਹਾਂ ਨੂੰ ਕੋਈ ਇਤਰਾਜ਼ ਸੀ ਸਰਪੰਚ ਸਾਹਿਬ ਕੋਲੇ ਜਾਣ ਉਹ ਮੈਨੂੰ ਆਪੇ ਸੱਦੂ ਅਸਰਮਨ ਸਾਹਿਬ ਮੌਜੂਦਾ ਪੰਚਾਇਤ ਸੱਦੂ ਕੀ ਵੀ ਤੂੰ ਇਹ ਕੀ ਕਰ ਰਿਹਾ ਮੈਨੂੰ ਇਨਾਂ ਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਨਾ ਕਿ ਇਹ ਅੱਜ ਜਿਹੜੀਆਂ ਇਹ ਰੌਲਾ ਪਾਉਂਦੇ ਆ ਕਰਨਾ ਕਰਨਾ ਕਿਹਦੀਆਂ ਹਰੇ ਕੋਲੇ ਇੱਕ ਘਰ ਚ ਪੰਜ ਪੰਜ ਮੋਬਾਈਲ ਆ ਤੇ ਉਹ ਕੀ ਉਹ ਰੈਡੀਸ਼ਨ ਤੋਂ ਬਿਨਾਂ ਚੱਲ ਰਿਹਾ ਬਾਕੀ ਰਹੀ ਗੱਲ ਇਹ ਮੈਂ ਆਪਦੇ ਲਈ ਵਾਈਫਾਈ ਇੰਟਰਨੈਟ ਕੈਫੇ ਖੋਲਣ ਨਹੀਂ ਲਵਾਇਆ ਨਾ ਕਿ ਕਿਸੇ ਲਈ ਮਤਲਬ ਤਕਲੀਫ ਨਹੀਂ ਬਾਕੀ ਇਹ ਮੇਰਾ ਖੁਦ ਦਾ ਘਰ ਆ ਮੈਂ ਕੋਲੇ ਆ ਮੈਂ ਇੱਥੇ ਕੰਮ ਕਰਨਾ ਵਾ ਮੇਰੀਆਂ ਦੋ ਦੁਕਾਨਾਂ ਵਾ ਤੇ ਇਸ ਕਰਕੇ ਇਹ ਜਿਹੜਾ ਬਾਦ-ਬਾਦ ਖਾਮ-ਖਾ ਵਾ ਉਹ ਇਸ ਦਾ ਕੋਈ ਮਤਲਬ ਅਹਿਮੀਅਤ ਨਹੀਂ ਇਹ ਕਹਿੰਦੇ ਪੁਲਿਸ ਦਾ ਉਹ ਜਿਹੜਾ ਅਧਿਕਾਰੀ ਰੋਕ ਕੇ ਗਿਆ ਕਿ ਬਿਲਕੁਲ ਨਹੀਂ ਰੋਕ ਕੇ ਗਿਆ ਇਹ ਤਾਂ ਕੰਪਲੀਟ ਹੋ ਗਿਆ ਰੋਕਣਾ ਕੀ ਆ ਤਾਂ ਇਹ ਕਹਿੰਦੇ ਪੁਲਿਸ ਕੋਲੇ ਗਏ ਸੀ ਉਹਨਾਂ ਨੇ ਉਹਨਾਂ ਨੇ ਰੋਕੇ ਤੁਸੀਂ ਦੱਸੋ ਇਹਦੇ ਬਾਰੇ ਸਾਨੂੰ ਨਹੀਂ ਨਹੀਂ ਜੀ ਪੁਲਿਸ ਨਾਲ ਮੈਨੂੰ ਅੱਜ ਸਵੇਰੇ ਫੋਨ ਆਇਆ ਸੀ ਕਹਿੰਦੇ ਬਾਈ ਜੀ ਕੀ ਆ ਮੈਨੂੰ ਦੱਸ ਤਾਂ ਮੈਂ ਕਿਹਾ ਤਾਂ ਕੰਪਲੀਟ ਹੋ ਗਿਆ ਉਹ ਤਾਂ ਕੱਲ ਹੀ ਕੰਪਲੀਟ ਕਿਉਂਕਿ ਉਹਨਾਂ ਨੇ 2 ਘੰਟੇ ਚ ਤੁਸੀਂ ਐਂ ਦੱਸੋ ਵੀ 2 ਘੰਟੇ ਚ ਕਿਹਦੇ ਟਾਵਰ ਲੱਗਦਾ ਸੁਣਿਆ ਮੈਂ ਕਿਉਂਕਿ ਟਾਵਰ ਲੱਗਣ ਲਈ ਘੜ ਤੋਂ ਘੱਟ 2 ਤੋਂ 3 ਦਿਨ ਘੜ ਤੋਂ ਘੱਟ ਚਾਹੀਦੇ ਆ ਔਰ ਉਹਦਾ ਦਾਇਰਾ ਉਹ ਤਾਂ ਕਾਫੀ ਵੱਡਾ ਹੁੰਦਾ ਤੇ ਕੋਈ ਮਤਲਬ ਇੱਥੇ ਕੋਈ ਪੁਲਿਸ ਦਾ ਅਧਿਕਾਰੀ ਮਤਲਬ ਆਇਆ ਨਹੀਂ ਹਾਂ ਉਹ ਮੈਨੂੰ ਕਹਿੰਦੇ ਸੀ ਵੀ ਆ ਕੇ ਸਾਨੂੰ ਮਿਲ ਕੇ ਜਾਈਂ ਦੱਸ ਕੇ ਮਤਲਬ ਤੂੰ ਭਾਈ ਕੰਮ ਨਾ ਕਰੋ ਕੰਮ ਉਹਨਾਂ ਨੇ ਮਾਦਾਸਤਾ ਵੀ ਕੰਪਲੀਟ ਹੋ ਗਿਆ ਵਾ ਖੜਾ ਹੋ ਗਿਆ ਵਾ ਓਕੇ ਰਿਪੋਰਟ ਹੁਣ ਇੱਥੇ ਕੰਮ ਰਹਿ ਵੀ ਕੀ ਕੁਝ ਨਹੀਂ ਕੋਈ ਕੰਮ ਹੈ ਨਹੀਂ ਕੰਪਲੀਟ ਹੋ ਗਿਆ ਕੱਲੀ ਇਹ ਪ੍ਰਧਾਨ ਸਾਹਿਬ ਇੱਕ ਗੱਲ ਹੋਰ ਕਹਿੰਦੇ ਸੀ ਕਹਿੰਦੇ ਇੱਕ ਖੇਤਾ 'ਚ ਲਾਉਣ ਲੱਗੇ ਸੀ ਉਹਨੂੰ ਰੋਕਿਆ ਉਹਨਾਂ ਨੇ ਉੱਥੇ ਬਿਨਾ ਪੰਚਾਇਤੀ ਮਨਜ਼ੂਰੀ ਤੋਂ ਇੱਕ ਪਹਿਲਾਂ ਵੀ ਉਹਨਾਂ ਨੇ ਉਸੇ ਇੱਕ ਜਗ੍ਹਾ ਤੇ ਲੱਗਾ ਹੋਇਆ ਟਾਵਰ ਔਰ ਪਹਿਲਾ ਟਾਵਰ ਵੀ ਅਨਲੀਗਲ ਹੈ ਬਿਨਾਂ ਪੰਚਾਇਤੀ ਮਨਜ਼ੂਰੀ ਤੋਂ ਲੱਗਾ ਹੋਇਆ ਵਾ ਕਿਉਂਕਿ ਜਿਹੜਾ ਪਿੰਡਾਂ ਪਿੰਡ ਦੀ ਮੁਖੀ ਜਿਹੜੀ ਉਹ ਪੰਚਾਇਤ ਹੁੰਦੀ ਆ ਨਾ ਕਿ ਜਿੰਨੇ ਆਪਾਂ ਇਕੱਠ ਕਰਕੇ ਕਹੀਏ ਕਿਸੇ ਨੂੰ ਆਪਾਂ ਪ੍ਰੈਸ਼ਰ ਪਾ ਕੇ ਅਸੀਂ ਲੱਗਣ ਨਹੀਂ ਦਿੰਦਾ ਇਸ ਤਰ੍ਹਾਂ ਨਹੀਂ ਹੁੰਦੀ ਪੰਚਾਇਤ ਕੋਲੇ ਜਾਣ ਜਿਹੜਾ ਟਾਵਰ ਰੁਕਿਆ ਉਹ ਟਾਵਰ ਸੀਗਾ ਨਾ ਕਿ ਵਾਈਫਾਈ ਕਨੈਕਸ਼ਨ ਸੀਗਾ ਉਹ ਟਾਵਰ ਪਿੰਡ ਤੋਂ ਬਾਹਰ ਲੱਗ ਰਿਹਾ ਸੀਗਾ ਉੱਥੇ ਜਿਨ੍ਹਾਂ ਨੂੰ ਇਤਰਾਜ ਸੀਗਾ ਉਹਨਾਂ ਨੇ ਨਹੀਂ ਲੱਗਣ ਦਿੱਤਾ ਠੀਕ ਹੈ ਨਾ ਤੇ ਕੇਂਦਰ ਪ੍ਰਧਾਨ ਸਾਹਿਬ ਨੇ ਰੁਕਿਆ ਸੁਰ ਨੂੰ ਕਹਿ ਰਹੇ ਸੀ ਮੇਰਾ ਉੱਤਰ ਮੇਰਾ ਕੋਈ ਲੈ ਕੇ ਦੇਖਾ ਹੀ ਨਹੀਂਗਾ ਕੋਕੇ ਜਿੰਨਾਂ ਬੰਦਿਆਂ ਨੇ ਸਾਇਨ ਕੀਤੇ ਆ ਉਥੇ ਦਰਖਾਸਤ ਦਿੱਤੀ ਆ ਉਹ ਉਸ ਟਾਈਮ ਮਤਲਬ ਜਾਂਦੇ ਰਹਿੰਦੀ ਜਿਸ ਦੇ ਮਤਲਬ ਜਿਹਦੇ ਘਰੇ ਇਹ ਮਤਲਬ ਉਹ ਪ੍ਰੋਸੈਸ ਚੱਲ ਰਿਹਾ ਜਿਹਦੇ ਖੇਤ ਚੱਲ ਰਹੇ ਉਹਨੂੰ ਵੀ ਜ਼ਿੰਮੇਵਾਰੀ ਪੈਣਦੀ ਸੀਗੀ ਉਹਨੂੰ ਇਹ ਤਕਲੀਫਾਂ ਵੀ ਸ਼ਾਇਦ ਪ੍ਰਧਾਨ ਨੇ ਇਹ ਗੱਲ ਕਰਤੀ ਹੋਣੀ ਆ ਠੀਕ ਹੈ ਨਾ ਉਹਨਾਂ ਨੂੰ ਵੀ ਪਤਾ ਉਹਨਾਂ ਨੂੰ ਵੀ ਆ ਤਕਲੀਫ ਇਸ ਗੱਲ ਦੀ ਆ ਵੀ ਇੱਥੇ ਲੱਗ ਗਿਆ ਸਾਡਾ ਰੋਗ ਕਿਉਂਕਿ ਉਹ ਟਾਵਰ ਸੀ ਇਹ ਵਾਈਫਾਈ ਆ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵਾਈਫਾਈ ਤੇ ਟਾਵਰ ਦਾ ਕਿੰਨਾ ਫਰਕ ਆ